ਕਿਸੇ ਹੀ ਕੋਈ ਕੋਏ
ਮਾਂਜਨ ਮਾਣੀ ਇੱਕ ਤੂੰ ਕਿਉਂ ਨਾ ਮਰੀਜੈ ਰੋਏ ਜਾਂ ਲਗ ਚੇਤਨਾ ਵਿੱਚ ਬੈਠਾ ਤਾਂਗਾ ਤੈਨੂੰ ਮਿਲਣ ਤਾਂਗਾ ਤੈਨੂੰ ਮਿਲਣ ਮੈਂ ਤੇਰੀ ਆਸ ਵਿੱਚ ਬੈਠਾ ਤਾਂਗਾ ਤੈਨੂੰ ਮਿਲਣ ਤੇਰੀ ਆਸ ਵਿੱਚ ਬੈਠਾ ਤਾਂਗਾ ਤੈਨੂੰ ਮਿਲਣ ਦੀਆਂ ਜੀ ਮੈਂ ਤੇਰੀ ਆਸ ਵਿੱਚ ਬੈਠਾ ਤਾਂਗਾ ਤੈਨੂੰ ਮਿਲਣ ਦੀਆਂ ਜੀ ਮੈਂ ਤੇਰੀ ਆਸ ਵਿੱਚ ਬੈਠਾ ਤਾਂਗਾ ਤੈਨੂੰ ਮਿਲਣ ਦੀਆਂ ਹਾਜ਼ਰ ਹਜ਼ੂਰ ਸਨਕਲਾ ਭਰਪੂਰ
ਰਾਜਾਨ ਰਾਜ ਭਾਨਾਨ ਭਾਰ ਦੇਵਾਨ ਦੇਵ ਉਪਮਾ ਮਹਾਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਸਜੇ ਬੈਠੇ ਜੁੜੇ ਬੈਠੇ ਸਰਬੱਤ ਮਾਈ ਭਾਈ ਸਤਿਗੁਰੂ ਜੀ ਦੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ ਸਟੇਜ ਦੇ ਉੱਤੇ ਸੁਸ਼ੋਭਿਤ ਸਮੂਹ ਸੰਤ ਮਹਾਂਪੁਰਖ ਗੁਣੀ ਗਿਆਨੀ ਸਿੰਘ ਸਾਹਿਬਾਨ ਦਾਸ ਵੱਲੋਂ ਬੁਲਾਈ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸੇ ਦੇ ਸਾਜਾਂ ਦੇ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਅਤੇ ਬ੍ਰਹਮ ਗਿਆਨੀ ਮਹਾਂਪੁਰਖ ਸ੍ਰੀ ਮਾਨ ਸੰਤ ਬਾਬਾ ਅਜੀਤ ਸਿੰਘ ਜੀ ਮਹਾਰਾਜ ਹਾਲਸਾਲੀ ਵਾਲੇ ਸ੍ਰੀ ਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਅਤੇ ਸਮੂਹ ਮਹਾਂਪੁਰਖਾਂ ਦੀ ਕਰਨੀ ਕਮਾਈ ਨਮਸਕਾਰਾਂ ਕਰਦਿਆਂ ਹੋਇਆਂ ਪਿਛਲੇ ਕਈ ਦਿਨਾਂ ਤੋਂ ਆਪ ਜੀ ਸਤਸੰਗਤ ਦਾ ਲਾਹਾ ਲੈ ਰਹੇ ਹੋ ਨਗਰ ਮੜੌਲੀ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਰਲ ਮਿਲ ਕੇ ਸਹਿਯੋਗ ਕਰ ਰਹੇ ਹੋ ਸਾਡੇ ਅਤਿ ਸਤਿਕਾਰਯੋਗ ਬਾਬਾ ਜੀ ਬਾਬਾ ਸੁਰਿੰਦਰਪਾਲ ਸਿੰਘ ਸੋਢੀ ਜੀ ਸਮੂਹ ਸੰਗਤਾਂ ਸਮੂਹ ਸੇਵਾਦਾਰਾਂ ਦੇ ਭਰਪੂਰ ਸਹਿਯੋਗ ਦਾ ਸਦਕਾ ਇਹ ਮਹਾਨ ਗੁਰਮਤਿ ਸਮਾਗਮ ਸੱਜ ਰਹੇ ਨੇ ਜਿਸ ਦੇ ਵਿੱਚ ਸਾਡੇ ਤੋਂ ਪਹਿਲਾਂ ਅਨੇਕਾਂ ਹੀ ਸਤਿਕਾਰਤ ਮਹਾਂਪੁਰਖਾਂ ਨੇ ਆਪ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨ ਦਾ ਉਪਰਾਲਾ ਕੀਤਾ ਹੈ। ਸਤਿਗੁਰਾਂ ਨੇ ਕਿਰਪਾ ਇਸ ਸਥਾਨ ਦੇ ਦਰਸ਼ਨ ਦਾਰ ਹੋਏ ਇਸ ਇਲਾਕੇ ਦੇ ਸੰਗਤਾਂ ਦੀ ਚਰਨ ਧੂੜ ਪ੍ਰਾਪਤ ਹੋਈ ਹੈ। ਜਿੰਨਾ ਸਮਾਂ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਪ੍ਰੇਮ ਪਿਆਰ ਸਤਿਕਾਰ ਸ਼ਰਧਾ ਦੇ ਨਾਲ ਆਪਾਂ ਸਾਰੇ ਸਤਿਗੁਰਾਂ ਦੇ ਗੁਣ ਗਾਈਏ। ਮਹਾਰੀ ਕਹਿੰਦੇ ਨੇ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿੱਤ ਲਾਏ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਇਹਦਾ ਚਿੱਤ ਕਿੱਥੇ ਲੱਗਿਆ ਗਿਆ? ਜੇ ਤੇ ਚਿੱਤ ਵਾਕਈ ਵਾਹਿਗੁਰੂ ਦੇ ਗੁਣ ਗਾਉਣ ਵਿੱਚ ਲੱਗਿਆ ਹੋਇਆ ਫਿਰ ਤੇ ਜੋ ਅਗਲੀ ਪੰਕਤੀ ਵਿੱਚ ਬਖਸ਼ਿਸ਼ ਕੀਤੀ ਇਹਨੂੰ ਜ਼ਰੂਰ ਪ੍ਰਾਪਤ ਹੋਏਗਾ। ਤੇ ਜੇ ਸਰੀਰ ਕਰਕੇ ਇੱਥੇ ਬੈਠਾ ਚਿੱਤ ਕਿਤੇ ਹੋਰ ਲੱਗਿਆ ਹੋਇਆ ਫਿਰ ਉਹ ਬਖਸ਼ਿਸ਼ ਨਹੀਂ ਹੋਣੀ ਹੈ। ਉਹ ਬਖਸ਼ਿਸ਼ ਕਿਹੜੀ ਹੈ? ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਹੀ। ਮਾਰੀ ਕਹਿੰਦੇ ਸ਼ੱਕ ਨਾ ਰੱਖਿਓ ਮਨ ਵਿੱਚ, ਸੰਸਾ ਨਾ ਰੱਖਿਓ, ਭੁਲੇਖਾ ਨਾ ਰੱਖਿਓ। ਜਿਹੜਾ ਚਿੱਤ ਲਾ ਕੇ ਹਰੀ ਦੇ ਗੁਣ ਗਾਏਗਾ, ਚਿੱਤ ਲਾ ਕੇ ਹਰੀ ਦੇ ਗੁਣ ਸੁਣੇਗਾ, ਉਹ ਪਰਮ ਗਤੀ ਨੂੰ ਪ੍ਰਾਪਤ ਹੋਏਗਾ। ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਹੀ। ਹੁਣ ਆਪਣੇ ਚਿੱਤ ਨੂੰ ਵੇਖਣਾ ਵੀ ਇੱਥੇ ਲੱਗਿਆ ਹੋਇਆ ਨਹੀਂ ਲੱਗਿਆ ਹੋਇਆ। ਤੇ ਕਲਯੁਗ ਦੇ ਵਿੱਚ ਸਭ ਤੋਂ ਉੱਤਮ ਭਗਤੀ ਹੈ ਕੀਰਤਨ ਭਗਤੀ। ਕਲਯੁਗ ਮਹਿ ਕੀਰਤਨ ਪ੍ਰਧਾਨਾ। ਉੱਥੇ ਵੀ ਇਹੀ ਗੱਲ ਆਖੀ ਮਾਰਨ ਕਹਿੰਦੇ ਗੁਰਮੁਖ ਜਪੀਏ ਲਾਏ ਧਿਆਨਾ। ਧਿਆਨ ਜ਼ਰੂਰ ਰੱਖਣਾ, ਧਿਆਨ ਜੋੜ ਕੇ ਰੱਖੇ
ਤੇ ਮਹਾਂਪੁਰਸ਼ਾਂ ਬੜੀ ਕਿਰਪਾ ਕੀਤੀ ਹੈ, ਬੜੀ ਸੌਖੀ ਜੁਗਤ ਆਪਾਂ ਨੂੰ ਸਮਝਾਈ ਵੀ ਸਾਰੀ ਸੰਗਤ ਰਲ ਕੇ ਕੀਰਤਨ ਜਦੋਂ ਕਰਦੀ ਹੈ ਫਿਰ ਸਹਿਜੇ ਧਿਆਨ ਜੁੜ ਜਾਂਦਾ। ਧਾਰਨਾ ਦੇ ਵਿੱਚ ਜਦੋਂ ਸੰਗਤ ਬੋਲਦੀ ਹੈ ਨਾ ਜੀ ਵਾਰੀ ਸੇ, ਜਦੋਂ ਆਪਾਂ ਬੋਲਦੇ ਹਾਂ ਤੇ ਕੀਰਤਨ ਭਗਤੀ, ਜਦੋਂ ਆਪਾਂ ਸੁਣਦੇ ਹਾਂ ਫਿਰ ਸਰਵਣ ਭਗਤੀ, ਦੋ ਦੋ ਲਾਹੇ ਮਿਲਦੇ ਨੇ ਨਾ ਜੀ। ਤੇ ਇਸ ਕਰਕੇ ਇਹ ਸਮਾਂ ਬੜਾ ਕੀਮਤੀ ਹੈ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ। ਹੁਣ ਆਹ ਘੜੀ ਆਹ ਸਮਾਂ ਨੋਟ ਕਰ ਲਓ, ਇਸ ਵੇਲੇ ਹਜ਼ਾਰਾਂ ਲੋਕੀ ਹੋਣਗੇ ਜਿਹੜੇ ਹਸਪਤਾਲਾਂ ਦੇ ਵਿੱਚ ਧੱਕੇ ਖਾ ਰਹੇ ਹੋਣਗੇ ਵਿਚਾਰੇ, ਹਜ਼ਾਰਾਂ ਲੋਕੀ ਹੋਣਗੇ ਕੋਈ ਬੱਸਾਂ ਦੇ ਵਿੱਚ, ਕੋਈ ਰੇਲ ਗੱਡੀਆਂ ਦੇ ਵਿੱਚ, ਕੋਈ ਕਿਸੇ ਸਾਧਨ ਦੇ ਉੱਤੇ, ਆਪੋ ਆਪਣੇ ਕੰਮਾਂ ਕਾਰਾਂ ਦੇ ਵਿੱਚ, ਮਜਬੂਰੀਆਂ ਦੇ ਵਿੱਚ ਭੱਜੇ ਫਿਰ ਰਹੇ ਹੋਏ, ਕੋਈ ਕਿਸੇ ਪਾਸੇ ਕੋਈ ਕਿਸੇ ਪਾਸੇ, ਪਰ ਆਪ ਜੀ ਉਹਨਾਂ ਭਾਗਾਂ ਵਾਲਿਆਂ ਜੀਵਾਂ ਦੇ ਵਿੱਚ ਹੋ ਜਿਹਨਾਂ ਨੂੰ ਸਤਿਗੁਰਾਂ ਕਿਰਪਾ ਕਰਕੇ ਆਪਣੀ ਗੋਦ ਦਾ ਨਿੱਕ ਬਖਸ਼ਿਆ। ਚੰਗੇ ਕਰਮਾਂ ਨੇ ਅਤੇ ਸਤਿਗੁਰੂ ਦੀ ਬਖਸ਼ਿਸ਼ ਨੇ ਆਪਾਂ ਨੂੰ ਇੱਥੇ ਲੈ ਆਉਂਦਾ। ਤੇ ਮਹਾਰਾਜ ਪਤਾ ਕੀ ਕਹਿੰਦੇ ਨੇ, ਕਹਿੰਦੇ ਜਦੋਂ ਤੋਂ ਤੂੰ ਗੁਰੂ ਦਰਬਾਰ ਵੱਲ ਨੂੰ ਚੱਲ ਪੈਂਦਾ ਪਾਮ ਸੁਹਾਵੇ ਜਾਓ ਧਿਰ ਜੁਲ ਦੇ, ਇਹਨਾਂ ਪੈਰਾਂ ਨਾਲ ਚੱਲ ਕੇ ਤੇ ਬੜੇ ਪਾਸੇ ਜਾਂਦੇ ਹਾਂ, ਪਰ ਇਹ ਪੈਰ ਸੋਭਾ ਵਾਲੇ ਕਦੋਂ ਹੁੰਦੇ ਨੇ? ਜਦੋਂ ਇਹਨਾਂ ਪੈਰਾਂ ਨਾਲ ਚੱਲ ਕੇ ਗੁਰੂ ਵਾਲੇ ਪਾਸੇ ਆਈਏ। ਪਾਮ ਸੁਹਾਵੇ ਜਾਂ ਤਾਉ ਧਿਰ ਜੁਲਦੇ ਸੀਸ ਸੁਹਾਵਾ ਚਰਣੀ, ਇਹ ਸਿਰ ਇਹ ਸੀਸ ਕਦੋਂ ਸੋਭਾ ਵਾਲਾ ਹੁੰਦਾ? ਜਦੋਂ ਗੁਰੂ ਦੇ ਚਰਨਾਂ ਤੇ ਝੁਕਦਾ। ਫਿਰ ਅੱਗੇ ਕਿਹਾ ਜੀ ਮੁੱਖ ਸੁਹਾਵਾ ਜਾਂ ਤਾਉ ਜਸ ਗਾਵੈ, ਇਹ ਮੁੱਖ ਵੀ ਸੋਭਾ ਵਾਲਾ ਉਦੋਂ ਹੀ ਹੁੰਦਾ ਜਦੋਂ ਗੁਰੂ ਦਾ ਜਸ ਗਾਉਂਦਾ ਆ ਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਸਤਿਗੁਰਾਂ ਦਾ ਜਸ ਇਸ ਰਸਨਾ ਦੇ ਨਾਲ ਗਾਈਏ ਨਾ, ਇਹ ਮੁੱਖ ਵੀ ਫੇਰ ਹੀ ਸੋਭਾ ਵਾਲਾ ਬਣਦਾ। ਹੋਰ ਕੱਚ ਵਿੱਚ ਜਿੰਨਾ ਮਰਜ਼ੀ ਬੋਲੀ ਜਾਈ, ਮਹਾਰਾਜ ਸਾਹਿਬ ਕਹਿੰਦੇ ਤਿੰਨਾ ਮੁੱਖ ਡਰਾਵਣੇ ਜਿਹਨਾਂ ਵਿਸਾਰਿਓ ਨਾਉ ਲੈ ਘਰੋਂ। ਘਰੋਂ ਤੋਂ ਪਹਿਲਾਂ ਚਾਰ ਮੇਰੀ ਸ਼ੀਸ਼ਾ ਵੇਖ ਕੇ ਆਉਂਦਾ, ਕਹਿੰਦਾ ਸੋਹਣਾ ਲੱਗਦਾ ਕਿ ਨਹੀਂ, ਪੱਗ ਸੋਹਣੀ ਵੱਜੀ ਨਾ, ਕੱਪੜੇ ਸੋਹਣੇ ਪਾਏ ਨਾ, ਅੱਜ ਕਿੰਨਾ ਫਾਬਰਿਆ। ਮਹਾਰੇ ਕਹਿੰਦੇ ਜੇ ਤੈਨੂੰ ਵਾਹਿਗੁਰੂ ਵਿਸਰਿਆ ਹੋਇਆ ਫਿਰ ਤੇਰੇ ਵਰਗਾ ਡਰਾਵਣਾ ਹੋਰ ਕੋਈ ਹੈ ਹੀ। ਤਿੰਨਾਂ ਮੁੱਖ ਡਰਾਵਣੇ ਜਿਹਨਾਂ ਵਿਸਾਰਿਓ ਨਾ, ਜਿਹਨਾਂ ਨੂੰ ਵਾਹਿਗੁਰੂ ਭੁੱਲ ਗਿਆ ਉਹਨਾਂ ਦੇ ਚਿਹਰੇ ਡਰਾਵਣੇ ਲੱਗਦੇ। ਇੱਥੇ ਦੁੱਖ ਘਨੇਰਿਆਂ ਨਾਮ ਤੋਂ ਟੁੱਟਿਆ ਹੋਇਆ ਜੀਵ ਸੋਨੇ ਦੀਆਂ ਮਹਿਲਾਂ ਵਿੱਚ ਰਹਿੰਦਾ ਹੋਵੇ, ਮਨ ਇੱਛੇ ਸੁੱਖ ਮਾਣਦਾ ਹੋਵੇ, ਪਰ ਹਜ਼ੂਰ ਮਾਰੇ ਕਹਿੰਦੇ ਅੰਦਰ ਤੜਫਦਾ ਹੀ, ਅੰਦਰ ਸ਼ਾਂਤ ਗ੍ਰਹਿ ਸੋਏ ਨੇ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣਦਾ ਕਿਛ ਨਾ ਹੈ ਮਸੂਰੇ, ਸੋ ਪ੍ਰਭ ਚੇਤਨ ਆਵਈ ਵਿਸਟਾ ਕੇ ਕੀਰੇ, ਬਿਨ ਹਰ ਨਾਮ ਨਾ ਸਾਥ ਹੋਏ ਕਿਤ ਬਿਦ ਮਨ ਧੀਰੇ। ਮਨ ਨੂੰ ਧੀਰਜ ਨਹੀਂ ਆਉਂਦਾ, ਮਨ ਸ਼ਾਂਤ ਨਹੀਂ ਹੈ, ਕਿਉਂਕਿ ਜਿੱਥੋਂ ਸ਼ਾਂਤੀ ਮਿਲਣੀ ਸੀ
ਉਹ ਕੰਮ ਹੀ ਨਹੀਂ ਕੀਤਾ। ਉਸ ਪਾਸੇ ਗਿਆ ਹੀ ਨਹੀਂ। ਹਜ਼ੂਰ ਮਹਾਰਾਜ ਸਮਝਾਉਂਦੇ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਜੇ ਸਦਾ ਲਈ ਸੁਖੀ ਹੋਣਾ ਤਾਂ ਫਿਰ ਸਿਮਰਨ ਕਰ। ਸਦਾ ਦਾ ਸੁਖ ਲੈਣਾ, ਅੰਦਰ ਸ਼ਾਂਤ ਹੋ ਜਾਏਗਾ ਤੇਰਾ, ਨਾਮ ਜਪ ਸਿਮਰਨ ਕਰ। ਜੇ ਨਾਮ ਜਪੇਗਾ ਤਾਂ ਫਿਰ ਤੇਰੇ 'ਤੇ ਕਿਹੜੀ ਬਖਸ਼ਿਸ਼ ਹੋਏਗੀ। ਹਜ਼ੂਰ ਮਹਾਰਾਜ ਕਿਰਪਾ ਕਰਦੇ ਨੇ, ਧਾਰਨਾ ਦੇ ਵਿੱਚ ਸਾਰੇ ਬੋਲਿਆ ਕਰੋ। ਪਹਿਲੇ ਹਿੱਸੇ ਦਾਸ ਬੋਲਦੇ, ਦੂਜੇ ਹਿੱਸੇ ਸਾਰੇ ਭਾਈ ਬੋਲਿਆ ਕਰੋ, ਤੀਜੇ ਹਿੱਸੇ ਮਾਈਆਂ ਵੀ। ਵੇਖੋ ਹੁਣ ਤਾਂ ਬਦਲ ਗਿਆ ਸਮਾਂ, ਹੋਰ ਜਿਹਾ ਆ ਗਿਆ। ਵੱਡੇ ਮਹਾਰਾਜ ਜੀ ਕੀਰਤਨ ਕਰਿਆ ਕਰਦੇ ਸੀ, ਸਾਜਾਂ ਦੀ ਆਵਾਜ਼ ਮੱਧਮ ਹੁੰਦੀ ਸੀ ਅਤੇ ਸੰਗਤ ਦੀ ਆਵਾਜ਼ ਵੱਧ ਹੁੰਦੀ ਸੀ। ਵੱਡੇ ਮਹਾਰਾਜ ਜੀ ਜਦੋਂ ਕੀਰਤਨ ਕਰਦੇ ਸੀ, ਸਾਜਾਂ ਦੀ ਆਵਾਜ਼ ਮੱਧਮ ਹੁੰਦੀ ਸੀ ਅਤੇ ਸੰਗਤ ਦੀ ਆਵਾਜ਼ ਵੱਧ ਹੁੰਦੀ ਸੀ। ਹੁਣ ਸਾਡਾ ਸਾਰਿਆਂ ਦਾ ਸਾਜਾਂ 'ਤੇ ਜ਼ੋਰ ਲੱਗਿਆ ਪਿਆ। ਮੈਂ ਵੀ ਵਿੱਚ ਹੀ ਹਾਂ, ਮੈਂ ਕੜਵਾ। ਸਾਡਾ ਸਾਜਾਂ 'ਤੇ ਜ਼ੋਰ ਲੱਗਿਆ ਪਿਆ। ਜੇ ਢੋਲਕੀ ਦੀ ਆਵਾਜ਼ ਮਾੜੀ ਜਿਹੀ ਘੱਟ ਹੋ ਗਈ, ਮੈਂ ਕਹਿਣਾ ਲੈ ਸੁਆਦ ਨਹੀਂ ਆਇਆ। ਇੱਦਾਂ ਹੀ ਹੁੰਦੀ ਹੈ ਨਾ। ਪਰ ਕਿਰਪਾ ਕਰਿਓ, ਆਪਾਂ ਲਾਹਾ ਲਈ ਸੰਤਜੀ ਮਹਾਰਾਜ ਕਰਾੜੇ ਸਾਹਿਬ ਵਾਲੇ। ਮੈਂ ਅੱਜ ਚਲੋ ਬਾਕੀ ਸਾਰੇ ਸਾਧੂ ਗੁਰਮੁਖੁਣੀ ਗਿਆਨੀ ਸਿੰਘ ਸਾਹਿਬਾਨ ਆਪੋ ਆਪਣੇ ਵਿਸ਼ੇ ਦੇ ਉੱਤੇ ਸਾਰਿਆਂ ਨੇ ਬੋਲਣਾ ਹੈ। ਮੇਰਾ ਜ਼ਿਕਰ ਕਰਦਾ ਜਿੰਨਾ ਵੀ ਸਮਾਂ ਬਾਬਾ ਜੀ ਨੇ ਹੁਕਮ ਕੀਤਾ ਹੈ, ਸੰਤ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੇ ਜੀਵਨ ਵਿੱਚੋਂ ਕੁਝ ਤੁਹਾਡੇ ਨਾਲ ਸਾਂਝ ਪਾਵਾਂ। ਅੱਜ ਮੀਡੀਆ ਦੇ ਉੱਤੇ ਕਿਸੇ ਫਰੰਟ ਨੂੰ ਖੋਲ ਲਓ, ਮੈਂ ਕਹਿੰਦਾ 10 ਨੰਬਰੀਆਂ ਦੀ ਉਨੀ ਨਿੰਦਿਆ ਨਹੀਂ ਹੁੰਦੀ ਜਿੰਨੀ ਸੰਤਾਂ ਦੀ ਹੁੰਦੀ ਹੈ। ਪਤਾ ਕਿਉਂ ਹੁੰਦੀ? ਨਿੰਦਿਆ ਕਰਨ ਵਾਲਿਆਂ ਦਾ ਵੀ ਪੱਖ ਦੇਖ ਲਿਓ ਜਰਾ, ਐਵੇਂ ਹੀ ਨਾ ਗਾਲਾਂ ਕੱਢਣ ਲੱਗ ਪਿਆ ਕਰੋ। ਇਹ ਸਾਡੇ ਸੰਤਾਂ ਨੂੰ ਗਾਲਾਂ ਕੱਢਦੇ, ਉਹਨਾਂ ਦਾ ਪੱਖ ਜ਼ਰੂਰ ਸੁਣਿਓ, ਪੱਖ ਜ਼ਰੂਰ ਦੇਖਿਓ। ਉਹਨਾਂ ਨੂੰ ਉਹਨਾਂ ਸਤਿਪੁਰਖਾਂ ਦੇ ਜੀਵਨਾਂ ਵਿੱਚੋਂ ਤਾਂ ਨਹੀਂ ਕੋਈ ਵੀ ਕਮੀ ਲੱਭਦੀ, ਜਿਹੜੇ ਪੂਰਨ ਬ੍ਰਹਮ ਗਿਆਨੀ ਮਹਾਂਪੁਰਖ, ਉਹਨਾਂ ਦੇ ਜੀਵਨਾਂ ਵਿੱਚੋਂ ਤਾਂ ਨਹੀਂ ਕੋਈ ਕਮੀ ਲੱਭਦੀ। ਪਰ ਸਾਡੇ ਵਰਗੇ ਨਿਕੰਮਿਆਂ ਦੇ ਚੋਲਿਆਂ ਦੇ ਥੱਲੇ ਜਿਹੜੇ ਲੁਕੇ ਹੋਏ ਗੁਨਾਹ ਨੇ ਨਾ, ਉਹ ਗੁਨਾਹਾਂ ਨੂੰ ਜਦੋਂ ਪ੍ਰਗਟ ਕਰਦੇ ਨੇ, ਉਹ ਫਿਰ ਸਾਰਿਆਂ ਨੂੰ ਇੱਕੋ ਰਸੇ ਰਸੇ ਦੇ। ਸਾਡੇ ਆਏ ਚੋਲਿਆਂ ਥੱਲੇ ਲੁਕੇ ਹੋਏ ਗੁਨਾਹ ਨੇ, ਇੱਥੇ ਤੇ ਚਿੱਟੇ ਚਿੱਟੇ ਪਾ ਕੇ ਦਿਸੀ ਜਾਂਦੇ ਹਾਂ ਅਸੀਂ, ਸਾਡੀਆਂ ਕਰਤੂਤਾਂ ਇਹਨਾਂ ਦੇ ਥੱਲੇ ਲੁਕੀਆਂ ਹੋਈਆਂ ਨੇ। ਤੇ ਸਾਡੇ ਵਰਗਿਆਂ ਦੀਆਂ ਕਰਤੂਤਾਂ ਜਦੋਂ ਜ਼ਾਹਰ ਹੁੰਦੀਆਂ ਨੇ ਨਾ ਜੀ, ਫਿਰ ਉਹ ਸਾਰਿਆਂ ਨੂੰ ਇੱਕੋ ਰਸੇ ਬੰਨਦੇ ਨੇ। ਉਹ ਕਹਿੰਦੇ ਇਹਨਾਂ ਦੇ ਵੱਡੇ ਵੀ ਇਹੋ ਜਿਹੇ। ਚਲੋ ਖੈਰ, ਅਸਲ ਸੰਤ ਕੌਣ ਹੁੰਦਾ ਹੈ? ਮਹਾਰਾਜ ਜੀ ਦੇ ਜੀਵਨ ਵਿੱਚੋਂ ਆਪ ਜੀ ਦੇ ਨਾਲ ਕੁਝ ਸਾਂਝ ਪਾਵਾਂਗਾ। ਮਹਾਰਾਜ ਜੀ ਨੇ 54 ਸਾਲ ਕੀਰਤਨ ਕੀਤਾ, ਸੰਤ ਜੀ ਮਹਾਰਾਜ ਬਾਬਾ ਈਸ਼ਰ ਸਿੰਘ ਸਾਹਿਬ ਜੀ ਰਾੜੇ ਸਾਹਿਬ ਵਾਲੇ ਤੇ ਮਹਾਰਾਜ ਜੀ ਬੇਅੰਤ ਵਰੀ ਆ ਧਾਰਨਾ ਮਹਾਰਾਜ ਜੀ ਨੇ ਪੜ੍ਹੀ, ਬੇਅੰਤ ਵਰੀ। ਆਪ ਜੀ ਕਿਰਪਾ ਕਰਿਓ ਆਪਣੀ ਸੁਰਤ ਨੂੰ ਉਸ ਪਿਆਰ ਦੇ ਵਿੱਚ, ਆਪਾਂ ਸਾਰੇ ਉਸ ਯਾਦ ਵਿੱਚ ਉਸ ਪਿਆਰ ਵਿੱਚ ਜੁੜੀਏ। ਨਾਮ ਜਪੀਏ ਅੰਦਰ ਹਿਰਦੇ ਦੁਖੜਨ ਸੇਵਾ ਕਰਕੇ ਮਾਣ ਪਾਈਦਾ, ਜਪੀਏ ਅੰਦਰ ਹਿਰਦੇ ਸੇਵਾ ਕਰਕੇ ਮਾਣ ਪਾਈਦਾ, ਨਾਮ ਜਪੀਏ ਤਾਂ ਦੂਰ ਹੁੰਦੇ।
ਕਰਕੇ ਮਾਣ ਪਾਈਦਾ, ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖ ਦੇ, ਸੇਵਾ ਕਰਕੇ ਮਾਣ ਪਾਈਦਾ। ਕਸੂਰ ਬਾਰਿਸ਼ ਦਾ ਨਹੀਂ, ਕਸੂਰ ਭਾਂਡੇ ਦਾ ਹੈ ਜਿਹੜਾ ਮੂੰਹ ਦਾ ਪਿਆ। ਇੱਥੇ ਆ ਕੇ ਵੀ ਜੇ ਹਰੀ ਜਸ ਵਿੱਚ ਨਾ ਬੋਲ ਸਕੇ ਫਿਰ ਸਮਝ ਲਓ ਵੀ ਭਾਂਡਾ ਮੂੰਹ ਦਾ ਹੀ ਪਿਆ ਹੈ। ਕਰਿਓ ਕਿਰਪਾ ਕਰਕੇ ਮਾਣ ਪਾਈਦਾ, ਮੇਰੇ ਪਿਆਰੇ ਸੇਵਾ 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 ਕਰਕੇ ਮਾਣ ਪਾਈਦਾ। ਸੇਵਾ ਕਰਕੇ ਮਾਣ ਪਾਈਦਾ, ਸੇਵਾ ਕਰਕੇ ਮਾਣ ਪਾਈਦਾ। ਗੁਰੂ ਸਾਹਿਬ ਦੇ ਘਰ ਦੇ ਦੋਸਤਾਂ ਨੇ ਸੇਵਾ
ਤੇ ਮਹਾਂਪੁਰਸ਼ ਇਸ ਚੀਜ਼ ਨੂੰ ਦ੍ਰਿੜ ਕਰਾਉਂਦੇ ਨੇ। ਨਾਮ ਨਾਲ ਜੋੜਨਾ ਮਹਾਂਪੁਰਸ਼ਾਂ ਦਾ ਮੁੱਖ ਕੰਮ, ਜਨਮ ਮਰਨ ਦੋਹਾਂ ਹੀ ਜਨ ਪਰ ਉਪਕਾਰੀ ਆ। ਜੀ ਦਾਨ ਦੇ ਭਗਤੀ ਲਾਏ ਲਾਏ ਹਰ ਸਿਉ ਲੈਣ, ਜੀ ਦਾਨ ਦਿਆ ਕਰਦੇ। ਜੀ ਦਾਨ ਭਾਵ ਕੀ ਹੋਇਆ? ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਆਵਰਨਾ ਜੀਵੈ ਕੋਈ। ਹੁਣ ਆਪਣੇ ਆਪ ਨੂੰ ਦੇਖ ਲੈਣਾ ਵੀ ਆਪਾਂ ਜਿਉਂਦਿਆਂ ਵਿੱਚ ਹਾਂ ਕਿ ਨਹੀਂ। ਹਜ਼ੂਰ ਮਹਾਰਾਜ ਕਹਿੰਦੇ ਨੇ, ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ। ਪੰਜ ਗੁਣ ਨੇ ਬਹੁਤ ਵੱਡੇ, ਪੰਜ ਅਤ ਸੁੰਦਰ, ਇੰਨਾ ਸੋਹਣਾ ਹੋਵੇ ਕੋਈ ਵੀ ਉਦੋਂ ਗਾਂ ਹੋਰ ਕੋਈ ਸੋਹਣਾ ਹੋਵੇ ਹੀ ਨਹੀਂ। ਅਤ ਸੁੰਦਰ ਕੁਲੀਨ, ਉੱਚੀ ਕੁੱਲ ਵਿੱਚ ਪੈਦਾ ਹੋਇਆ ਵਾ ਹੋਵੇ। ਚਤੁਰ, ਬਹੁਤ ਜ਼ਿਆਦਾ ਚਤੁਰਾਈ ਕਲੈਵਰ ਮਾਈਂਡ ਹੋਵੇ। ਮੁੱਖ ਗਿਆਨੀ, ਗਿਆਨਵਾਨ ਹੋਵੇ ਤੇ ਗਿਆਨ ਦੀਆਂ ਗੱਲਾਂ ਦੇ ਨਾਲ ਦੂਜੇ ਨੂੰ ਪ੍ਰਭਾਵਿਤ ਕਰਨ ਦਾ ਗੁਣ ਹੋਵੇ ਉਹਦੇ ਵਿੱਚ। ਤੇ ਪੰਜਵਾਂ ਗੁਣ ਜੀ ਪੈਸੇ ਵਾਲਾ ਹੋਵੇ, ਧੰਨਵਾਦ। ਪੰਜ ਗੁਣ ਬਹੁਤ ਵੱਡੇ ਨੇ ਇਹ। ਪਰ ਅਗਲੀ ਪੰਕਤੀ ਵਿੱਚ ਹਜ਼ੂਰ ਮਹਾਰਾਜ ਨੇ ਕਹਿ ਦਿੱਤਾ, ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਮਹਾਰਾਜ ਕਹਿੰਦੇ ਜੇ ਰੱਬ ਨਾਲ ਪਿਆਰ ਨਹੀਂ ਨਾ ਕਰਦਾ, ਪਰਮੇਸ਼ਰ ਦਾ ਨਾਮ ਨਹੀਂ ਜਪਦਾ, ਫਿਰ ਇੰਨੇ ਗੁਣਾਂ ਵਾਲਾ ਵੀ ਮਰਿਆਂ ਵਿੱਚ ਹੀ ਗਿਣਿਆ ਜਾਏਗਾ, ਜਿਉਂਦਿਆਂ 'ਚ ਨਹੀਂ ਗਿਣਿਆ ਜਾਏਗਾ। ਉਹਨੂੰ ਵੀ ਮਰਿਆ ਹੀ ਆਖਿਆ, ਮ੍ਰਿਤਕ ਕਹੀਐ ਨਾ, ਮਰਿਆ ਹੋਇਆ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਆਵਰ ਨਾ ਜੀਵੈ ਕੋਈ। ਜਿਹਦੇ ਮਨ ਵਾਹਿਗੁਰੂ ਵੱਸਦਾ, ਮਰ ਕਹਿੰਦੇ ਨਾਮ ਜਪਣ ਵਾਲੇ ਹੀ ਜਿਉਂਦੇ ਨੇ, ਬਾਕੀ ਨਹੀਂ ਕੋਈ ਵੀ ਜਿਉਂਦਾ, ਬਾਕੀ ਤੇ ਮਰੇ ਹੋਏ। ਤੋ ਮਰਿਆ ਹੋਇਆ ਨੂੰ ਜਿਉਂਦਿਆਂ ਵਿੱਚ ਕਰ ਦਿੰਦੇ ਨੇ ਸਾਧ, ਨਾਮ ਜਪਣ ਲਾ ਦਿੰਦਾ, ਬੰਦਗੀ ਕਰਨ ਲਾ ਦਿੰਦਾ। ਸ਼੍ਰੀਮਾਨ ਸਾਹਿਬ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਅੱਜ ਪੂਰੀ ਦੁਨੀਆਂ ਦੇ ਵਿੱਚ ਜੈ ਜੈਕਾਰ, ਐਵੇਂ ਨਹੀਂ। ਮਹਾਰਾਜ ਕਹਿੰਦੇ ਨੇ, ਇਸ ਯੁਗ ਮੈਂ ਸੋਭਾ ਨਾਮ ਕੀ, ਵਿਣ ਨਾਮ ਹੈ ਸੋਭ ਨਾ ਹੋਏ। ਸੋਭਾ ਤੇ ਚਾਹੁੰਦੇ ਨੇ ਸਾਰੇ ਹੋਵੇ, ਪਰ ਨਾਮ ਕੌਣ ਜਪੇ, ਸਿਮਰਨ ਕੌਣ ਕਰੇ, ਅੰਮ੍ਰਿਤ ਵੇਲੇ ਕੌਣ ਉੱਠੇ। ਮਹਾਰਾਜ ਜੀ ਦਾ ਜੀਵਨ ਪੜ੍ਹ ਕੇ ਵੇਖੋ, ਕਿੰਨੇ ਕਿੰਨੇ ਘੰਟੇ ਦਾ ਚੌਂਕੜਾ ਸੀ ਮਹਾਂਪੁਰਖਾਂ ਦਾ, ਕਿੰਨਾ ਸਿਮਰਨ, ਕਿੰਨਾ ਅਭਿਆਸ ਆਪ ਕੀਤਾ ਤੇ ਆਪਣੇ ਸੇਵਕਾਂ ਕੋਲੋਂ ਕਰਾਇਆ, ਕਿੰਨਾ ਅਭਿਆਸ ਕਰਦੇ ਸੀ, ਕਿੰਨਾ ਕਰਾਉਂਦੇ ਸੀ। ਸਾਡੇ ਇਲਾਕੇ ਦੇ ਵਿੱਚ ਸ਼ਾਮ 84 ਵਾਲੇ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਤੀਰਥ ਸਿੰਘ ਜੀ ਮਹਾਰਾਜ, ਉਹਨਾਂ ਨੇ ਸੰਗਤ ਕੀਤੀ ਵੱਡੇ ਮਹਾਰਾਜ ਜੀ। ਉਹ ਆਪ ਬਚਨ ਸੁਣਾਇਆ ਕਰਦੇ ਸੀ, ਕਹਿੰਦੇ ਜਦੋਂ ਵੱਡੇ ਮਹਾਰਾਜ ਅਭਿਆਸ ਕਰਾਉਂਦੇ ਸੀ ਨਾ ਜੀ, ਜਦੋਂ ਕੋਰਾ ਪੈਂਦਾ ਹੁੰਦਾ ਜੀ ਉਹ ਮਾਘ ਦੇ ਵਿੱਚ, ਤੇ ਮਹਾਂਪੁਰਸ਼ਾਂ ਨੇ ਇੱਕ ਪਤਲੀ ਜਿਹੀ ਕੋਟਨ ਦੀ ਚਾਦਰ ਦੀ ਬੁੱਕਲ ਮਰਵਾ ਕੇ ਤੇ ਅਭਿਆਸੀਆਂ ਨੂੰ ਬਿਠਾਲ ਦੇਣਾ ਇੱਕ ਲਾਈਨ ਵਿੱਚ, ਕੋਈ ਗਰਮ ਕੱਪੜਾ ਨਹੀਂ ਉੱਤੇ ਲੈਣ ਲੈਣ, ਕਹਿਣਾ ਬੈਠੋ ਭਜਨ ਕਰੋ। ਹੁਣ ਕਈ ਇਸ ਗੱਲ ਨੂੰ ਨੈਗੇਟਿਵ ਇਹ ਵੀ ਦੇਖਦੇ, ਕਹਿੰਦੇ ਹਾਠ ਨਹੀਂ ਕਰਨਾ ਚਾਹੀਦਾ, ਅਰਦਾਸ ਵਿੱਚ ਰੋਜ਼ ਕਹਿੰਦੇ ਵੀ ਨੇ,
ਹਠੀਆਂ ਜੱਪੀਆਂ ਤਪੀਆਂ ਧਿਆਨ ਵੀ ਧਰਦੇ ਨੇ ਰੋਲੇ ਰੋਲੇ। ਹੱਠ ਤੋਂ ਬਿਨਾਂ ਕਿੱਥੋਂ ਗੱਲ ਬਣਦੀ? ਤਪ ਤਾਪਲ ਤੇ ਤਪ ਤੇਜ ਵਧੇ, ਅੰਮ੍ਰਿਤ ਵੇਲੇ ਉੱਠਣਾ ਹੋਵੇ ਉਹੀ ਨਹੀਂ ਹੱਠ ਤੋਂ ਬਿਨਾਂ ਉੱਠਿਆ ਜਾਣਾ। ਤੁਸੀਂ ਬੈਠੇ ਹੋ ਕਿੰਨੇ ਸਮੇਂ ਤੋਂ ਬੈਠੇ ਹੋ, ਕਿੰਨੇ ਸਮੇਂ ਤੱਕ ਦੀਵਾਨ ਚੱਲਣਾ? ਜਿਹਦੇ ਸਰੀਰ ਨੂੰ ਕੋਈ ਮਾੜੀ ਮਾੜੀ ਦੁੱਖ ਤਕਲੀਫ, ਹੱਠ ਕਰੂ ਤਾਂ ਹੀ ਬੈਠਿਆ ਜਾਊ, ਹੱਠ ਤੋਂ ਬਿਨਾਂ ਕਿੱਥੇ ਬੈਠਿਆ ਜਾਊ? ਲੰਗਰ ਪਕਾਉਣ ਵਾਲੇ ਵਰਤਾਉਣ ਵਾਲੇ ਸੇਵਾਦਾਰਾਂ ਵਿੱਚ ਹੱਠ ਨਾ ਹੋਊ ਤਾਂ ਕਿਵੇਂ ਸੇਵਾ ਹੋਊ? ਹੱਠ ਤੋਂ ਬਿਨਾਂ ਕਿੱਥੇ ਜੀ? ਭਜਨ ਕਰਨਾ, ਅਭਿਆਸ ਕਰਨਾ, ਉਹ ਵੀ ਹੱਠ ਤੋਂ ਬਿਨਾਂ ਨਹੀਂ, ਕਿਉਂਕਿ ਇਸ ਮਨ ਨੇ ਤਾਂ ਕਹਿਣਾ ਹੀ ਨਹੀਂ ਹੈ ਤੂੰ ਬਹਿ ਜਾ, ਇਸ ਮਨ ਨਾਲ ਤਾਂ ਝਗੜਾ ਰੱਖਣਾ ਪੈਣਾ। ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ, ਮਨ ਹੀ ਮੰਝ ਸਮਾਵ। ਮਨ ਨਾਮ ਜਪਣ ਲਈ ਸਹਿਜੇ ਕੀਤੇ ਮਨ ਦਾ ਨਹੀਂ ਹੁੰਦਾ, ਇਹਨੂੰ ਮਨਾਉਣਾ ਪੈਂਦਾ, ਹੱਠ ਕਰਨਾ ਪੈਂਦਾ। ਤੋ ਮਹਾਂਪੁਰਸ਼ ਦੱਸਿਆ ਕਰਦੇ ਸੀ ਵੀ ਉਹ ਮਾਘ ਜਦੋਂ ਕੋਰਾ ਪੈਂਦਾ ਹੁੰਦਾ, ਅੱਤ ਦੀ ਠੰਡ ਹੁੰਦੀ, ਅੱਤ ਦੀ ਸਰਦੀ, ਲੋਕ ਰਜਾਈਆਂ ਦੇ ਵਿੱਚ ਵੀ ਪਏ ਠਰੂ ਠਰੂ ਕਰਦੇ ਹੁੰਦੇ ਜਦੋਂ। ਕਹਿੰਦੇ ਮਹਾਂਪੁਰਸ਼ਾਂ ਨੇ ਨਾ ਇੱਕ ਸਾਦਾ ਜਿਹਾ ਚੋਲਾ ਗਲੀ ਹੋਣਾ ਤੇ ਇੱਕ ਕਾਟਨ ਦੀ ਚਾਦਰ ਦੀ ਬੁੱਕਲ, ਬਸ ਕਹਿਣਾ ਬੈਠੋ। ਕਈ ਵਾਰੀ ਚਾਰ ਚਾਰ ਪੰਜ ਪੰਜ ਘੰਟੇ ਛੇ ਛੇ ਘੰਟੇ ਚੌਂਕੜਾ ਲਵਾਉਣਾ ਤੇ ਕਹਿਣਾ ਜਦੋਂ ਉੱਠਣਾ ਤੇ ਉਹ ਚਾਦਰ ਝਾੜਨੀ ਤੇ ਉੱਤੋਂ ਬਰਫ਼ ਜੰਮੀ, ਕੋਰਾ ਜੰਮਿਆ ਹੋਇਆ ਝੜਦਾ ਹੁੰਦਾ। ਏਦਾਂ ਅਭਿਆਸ, ਐਵੇਂ ਨਹੀਂ ਅੱਜ ਪੂਰੀ ਦੁਨੀਆਂ ਦੇ ਵਿੱਚ ਸੰਤ ਸੀ ਮਹਾਰਾਜ ਨੂੰ ਨਮਸਕਾਰ, ਐਵੇਂ ਨਹੀਂ ਜੈ ਜੈਕਾਰ। ਇਸ ਯੁੱਗ ਮੈਂ ਸੋਭਾ ਨਾਮ ਕੀ ਪਿੰਡ ਨਾਮ ਹੈ ਸੋਭਨਾ ਹੋਏ, ਮਾਇਆ ਕੀ ਸੋਭਾ ਚਾਰ ਦਿਹਾੜੇ। ਮਾਇਆ ਦੀ ਸੋਭਾ ਪੈਸਿਆਂ ਦੀ ਕਿੰਨਾ ਕੁ ਚਿਰ ਰਹੂ? ਵੱਡੇ ਵੱਡੇ ਰਾਜਿਆਂ ਦੇ ਮਹਿਲਾਂ ਦੇ ਵਿੱਚ ਅੱਜ ਦੇਖੋ ਕਬੂਤਰ ਬੋਲਦੇ ਆ, ਵੱਡੇ ਵੱਡੇ ਕਿਲੇ ਬਣੇ ਹੋਏ ਕਬੂਤਰ ਬੋਲਦੇ ਨੇ। ਕੋਈ ਯਾਤਰੂ ਦਾਰਸ਼ਨਿਕ ਭਾਰਤ ਦੇਸ਼ ਦੀ ਯਾਤਰਾ ਕਰਨ ਆਇਆ, ਉਹਨੇ ਤਾਜ ਮਹਿਲ ਵੀ ਵੇਖਿਆ, ਉਹ ਸ੍ਰੀ ਹਰਿਮੰਦਰ ਸਾਹਿਬ ਵੀ ਆਇਆ, ਉਹਨੂੰ ਪੁੱਛਣ ਵਾਲਿਆਂ ਪੁੱਛਿਆ ਵੀ ਤੈਨੂੰ ਦੋਵਾਂ ਥਾਵਾਂ ਦੇ ਵਿੱਚ ਫਰਕ ਕੀ ਪ੍ਰਤੀਤ ਹੋਇਆ? ਤਾਜ ਮਹਿਲ ਵੀ ਬਣਿਆ ਹੋਇਆ, ਇਮਾਰਤ ਸਾਜ਼ੀ ਦਾ ਨਮੂਨਾ ਹੈ ਤਾਜ ਮਹਿਲ, ਸ੍ਰੀ ਦਰਬਾਰ ਸਾਹਿਬ ਵੀ ਘੁਮਾਇਆ ਹੈ, ਤੈਨੂੰ ਦੋਵਾਂ ਥਾਵਾਂ ਦੇ ਵਿੱਚ ਕੀ ਫਰਕ ਲੱਗਿਆ? ਉਹਨੇ ਦੱਸਣ ਵਾਲੇ ਨੇ ਦੱਸਿਆ, ਉਹ ਕਹਿੰਦਾ ਮੈਂ ਗਿਆ ਤਾਜ ਮਹਿਲ ਵੀ, ਪਰ ਤਾਜ ਮਹਿਲ ਦੇ ਵਿੱਚ ਕਬਰਸਤਾਨ ਵਰਗੀ ਜਿਹੜੀ ਹੈ ਚੁੱਪ ਹੈ, ਤਾਜ ਮਹਿਲ ਦੇ ਵਿੱਚ ਕਬਰਸਤਾਨ ਵਰਗੀ ਚੁੱਪ। ਮੈਂ ਆਇਆ ਹਰਿਮੰਦਰ ਸਾਹਿਬ ਵੀ, ਦਰਬਾਰ ਸਾਹਿਬ ਵੀ ਦਰਸ਼ਨ ਕੀਤੇ ਆ, ਪਰ ਇੱਥੇ ਦੇ ਕਣ ਕਣ ਦੇ ਵਿੱਚ ਜ਼ਿੰਦਗੀ ਰੁਮਕ ਰਹੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਥੇ ਦੇ ਕਣ ਕਣ ਦੇ ਵਿੱਚ ਜ਼ਿੰਦਗੀ, ਉੱਥੇ ਕਬਰਸਤਾਨ ਵਰਗੀ ਚੁੱਪ ਹੈ, ਇੱਥੇ ਜ਼ਿੰਦਗੀ। ਕਿਉਂ? ਇੱਥੇ ਨਾਮ ਹੈ, ਬਾਣੀ ਹੈ, ਸਿਮਰਨ ਹੈ, ਜਪ ਹੈ, ਤਪ ਹੈ, ਕੀਰਤਨ। ਇਸ ਕਰਕੇ ਬਈ ਨਾਮ ਰਹੂਗਾ ਰਹਿਣਗੇ ਸਾਧੂ, ਆਉਂਦੀ ਜਾਂਦੀ ਰਹਿਣੀ ਦੁਨੀਆ, ਰਹੂਗਾ ਰਹਿਣਗੇ ਆਉਂਦੀ ਜਾਂਦੀ ਰਹਿਣੀ ਦੁਨੀਆ, ਨਾਮ ਰਹੂਗਾ ਰਹਿਣਗੇ ਸਾਧੂ, ਆਉਂਦੀ ਜਾਂਦੀ ਰਹਿਣੀ ਦੁਨੀਆ, ਜਾਂਦੀ ਰਹਿਣੀ ਦੁਨੀਆ।
ਸੰਸਾਰ ਆਉਂਦਾ ਜਾਂਦਾ ਰਹੇਗਾ, ਵੱਡੇ ਵੱਡੇ ਰਾਜੇ ਮਹਾਰਾਜੇ ਹੋ ਕੇ ਚਲੇ ਗਏ। ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋ ਤੁਰੰਗ ਤੁਰੰਗ ਸੇ ਕੂਦਤ ਪਾਉਣ ਕੇ ਗੌਣ ਕੋ ਜਾਤ ਜਵਾਰੇ। ਭਾਰੀ ਭੁਜਾਨ ਕੇ ਭੂਪ ਭਲੀ ਬਦਨਿਆਵਤ ਸੀਸ ਨਾ ਜਾਤ ਵਿਚਾਰੇ ਇੱਥੇ ਪਏ ਤੋ ਕਹਾਂ ਪਏ ਭੂਪਤ ਅੰਤ ਕੋ ਨੰਗੇ ਹੀ ਪਾਏ ਪਧਾਰੇ। ਮਹਾਰਾਜ ਸਾਹਿਬ ਕਹਿੰਦੇ ਕਾਚਾ ਧਨ ਸੰਚਹਿ ਮੂਰਖ ਕਾ ਵਾਰ, ਮੂਰਖਾਂ ਨੇ ਕੱਚਾ ਧਨ ਜਿਹਨਾਂ ਇਕੱਠਾ ਕੀਤਾ ਉਹਨਾਂ ਨੇ ਕੀ ਖੱਟਿਆ, ਨਾਮੋ ਨਿਸ਼ਾਨ ਮਿਟ ਗਿਆ। ਸੰਸਾਰ ਤੋਂ ਧਨਵਾਨ ਬੰਦਾ ਮਰਦਾ ਹੈ ਉਹਦਾ ਨਾਮ ਵੀ ਨਾਲ ਹੀ ਖਤਮ ਹੋ ਜਾਂਦਾ, ਕੁਝ ਸਾਲਾਂ ਦੇ ਵਿੱਚ ਹੀ ਲੋਕ ਭੁੱਲ ਜਾਂਦੇ। ਰੱਬ ਦੇ ਪਿਆਰਿਆਂ ਨੂੰ ਜਿੰਨਾ ਮਰਜ਼ੀ ਸਮਾਂ ਬੀਤ ਜਾਏ ਉਹਨਾਂ ਦਾ ਨਾਮ ਨਹੀਂ ਕਦੇ ਸੰਸਾਰ ਭੁੱਲਦਾ, ਉਹਨਾਂ ਦੇ ਨਾਮ ਦੀ ਜੈ ਜੈਕਾਰ ਹੋਈ ਹੋਈ ਜਾਂਦੀ ਹੈ, ਦਿਨੋਂ ਦਿਨ ਵੱਧਦੀ ਹੈ, ਸਮੇਂ ਜੈ ਜੈਕਾਰ ਜੀ ਘੱਟਦੀ ਨਹੀਂ। ਆਪਣਿਆਂ ਪਰਿਵਾਰਾਂ ਵੱਲ ਨਿਗਾਹ ਮਾਰ ਕੇ ਦੇਖ ਲਓ, ਆਪਾਂ ਨੂੰ ਕਿੰਨੀਆਂ ਪੀੜ੍ਹੀਆਂ ਦੇ ਨਾਮ ਯਾਦ ਨੇ, ਦਾਦੇ ਦਾ, ਪੜਦਾਦੇ ਦਾ, ਪੜਦਾਦੇ ਦੇ ਪਿਤਾ ਦਾ, ਪੜਦਾਦੇ ਦੇ ਦਾਦੇ ਦਾ, ਪੜਦਾਦੇ ਦੇ ਕਿੱਥੇ ਕਿੱਥੇ ਚਲੇ ਜਾਓਗੇ, ਕਿੰਨੀਆਂ ਕੁ ਪੀੜ੍ਹੀਆਂ ਯਾਦ ਆ। ਪਰ ਸੰਤ ਮਹਾਂਪੁਰਖ ਭਾਵੇਂ ਸੈਂਕੜੇ ਸਾਲ ਪਹਿਲਾਂ ਹੋ ਕੇ ਚਲੇ ਗਏ, ਹੁਣ ਉਹਨਾਂ ਦਾ ਨਾਮ ਨਹੀਂ ਭੁੱਲਦਾ, ਉਹਨਾਂ ਦਾ ਨਾਮ ਸਦਾ ਹੀ, ਪੀੜ੍ਹੀਆਂ ਲੰਘ ਜਾਂਦੀਆਂ ਨੇ, ਸਮਾਂ ਗੁਜ਼ਰ ਜਾਂਦਾ ਹੈ, ਪਰ ਉਹਨਾਂ ਦਾ ਨਾਮ ਦਿਨੋਂ ਦਿਨ ਚਮਚਮੀ ਜਾਂਦਾ। ਮਹਾਰਾਜ ਤਾਂ ਇੱਥੇ ਤੱਕ ਬਾਣੀ 'ਚ ਕਹਿ ਗਏ, ਮਹਾਰਾਜ ਕਹਿੰਦੇ ਜਿਤਨੇ ਤੀਰਥ ਦੇਵੀ ਸਭ ਥਾਪੈ ਸਭ ਲੋਚਹਿ ਧੂਰ ਸਾਧੂ ਕੀ ਤਾਹੀ, ਕਿਲਵਿਕ ਮੈਲ ਪਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਦੁਆਈ। ਦੁਨੀਆਂ ਤੀਰਥਾਂ 'ਤੇ ਜਾਂਦੀ, ਤੀਰਥ ਸੰਤਾਂ ਦੀ ਚਰਨ ਝੂੜੀ ਲੱਗਦੀ, ਪਰ ਸੰਤ ਹੈ ਕੌਣ? ਕੱਪੜੇ ਪਾਇਆ ਤੇ ਸੰਤ ਨਹੀਂ ਬਣਦਾ, ਕੋਈ ਆਖੋ ਸਤਨਾਮ ਸ੍ਰੀ ਵਾਹਿਗੁਰੂ, ਇਹ ਗੱਲ ਚੇਤੇ ਰੱਖਿਓ। ਅੱਜ ਸਭ ਤੋਂ ਵੱਡੇ ਭੁਲੇਖੇ ਜਿਹੜੇ ਸਾਨੂੰ ਪੈਂਦੇ, ਬਾਣਾ ਭੇਖ ਪਹਿਰਾਵਾ ਪਾਉਣਾ, ਪਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਆਖਿਆ ਸੰਤ ਦੀ ਡੈਫੀਨੇਸ਼ਨ, ਸੰਤ ਦੀ ਪਰਿਭਾਸ਼ਾ, ਅੰਦਰੋਂ ਵੀ ਪਵਿੱਤਰ ਹੋਵੇ ਤੇ ਬਾਹਰੋਂ ਵੀ ਪਵਿੱਤਰ ਹੋਵੇ। ਆਨੰਦ ਸਾਹਿਬ ਦੇ ਵਿੱਚ ਸ੍ਰੀ ਗੁਰੂ ਅਮਰਦਾਸ ਮਹਾਰਾਜ ਬਚਨ ਕਰਦੇ, ਮਹਾਰਾਜ ਕਹਿੰਦੇ ਇੱਕ ਤੇ ਉਹ ਨੇ ਜੀ ਉਹ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀ ਉਹ ਤਾਂ ਮੈਲੇ ਤੇ ਨਹੀਂ ਜਨਮ ਜੂ ਹੈ, ਇਹ ਤਿਸ ਨਾਲ ਵੱਡਾ ਰੋਗ ਲੱਗਾ ਮਰਨ ਮਨੋ,
ਵੇਦਾ ਮਹਿ ਨਾਮ ਉਤਮ ਸੋ ਸੁਣੇ ਨਾਹੀ ਫਿਰ ਹੈ ਜਿਉਂ ਵੇਤਾਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਰਿ। ਹੁਣ ਅੱਗੇ ਕੀ ਕਿਹਾ ਗਿਆ ਜੀ ਉਹ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀ ਉਹ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜੀਵਨ ਦੀ ਬਾਜੀ ਜਿੱਤ ਕੇ ਗਏ ਗਏ ਹੰਸਾਲੀ ਵਾਲੇ ਮਹਾਰਾਜ ਵਰਗੇ ਸੰਤ ਮਹਾਰਾਜ ਰਾੜੇ ਸਾਹਿਬ ਵਾਲੇ ਵਰਗੇ ਜੀਵਨ ਦੀ ਬਾਜੀ ਜਿੱਤਣ ਵਾਲੇ ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲ। ਹਜ਼ੂਰ ਮਹਾਰਾਜ ਕਹਿੰਦੇ ਵੇਖਿਓ ਕੱਲਾ ਭੇਖ ਵੇਖ ਕੇ ਨਾ ਭਰਮ ਜਾਇਓ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ ਅੰਤ ਕਾਲ ਕਾਤੀ ਕਟਿਓ ਵਾਸ ਵਾਰ ਕੋ ਲੀਨ ਸੰਤ ਕੌਣ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ ਪੂਰਨ ਸੰਤ ਜਿਹਨੂੰ ਨਾਮ ਨੂੰ ਵਿਸਰ ਹਰ ਵੇਲੇ ਨਾਮ ਦੇ ਵਿੱਚ ਜੁੜਿਆ ਹੋਇਆ ਹਰ ਵੇਲੇ ਨਾਮ ਦੇ ਵਿੱਚ ਰਵਜਿਆ ਹੋਇਆ ਉਹ ਐਸਾ ਸੰਤ ਬਣਨਾ। ਮਹਾਰਾਜ ਕਹਿੰਦੇ ਜਿਹਦੇ ਤੇ ਉਹ ਮਿਹਰ ਦੀ ਨਿਗਾਹ ਕਰ ਦੇਵੇ ਉਹੀ ਬਣ ਸਕਦਾ ਹਰ ਇੱਕ ਨਹੀਂ ਬਣ ਸਕਦਾ ਹਰੇਕ ਨਹੀਂ ਬਣ ਸਕਦਾ। ਔਰ ਫਿਰ ਸੰਤ ਦਾ ਬੋਲਿਆ ਹੋਇਆ ਬੋਲ ਮਹਾਰਾਜ ਕਹਿੰਦੇ ਅੰਡ ਵਿਨਾਸੀ ਜੇਰ ਵਿਨਾਸੀ ਉਦ ਕੁਝ ਸੇਤ ਬਿਨਾਦਾ ਚਾਰ ਵਿਨਾਸੀ ਖੱਟ ਹੈ ਵਿਨਾਸੀ ਇੱਕ ਸਾਧ ਵਚਨ ਸੰਤ ਹੋਵੇ ਕੋਈ। ਮਹਾਰਾਜੀਆਂ ਦੇ ਦੀਵਾਨ ਚੱਲ ਰਹੇ ਸੀ ਪਹੀੜ ਮੰਡੀ ਅਹਿਮਦਗੜ੍ਹ ਦੇ ਲਾਗੇ ਨਾਲ ਹੀ ਪੈਂਦੇ ਇਕੱਠੇ ਹੀ ਨੇ ਪਹੀੜ ਦੀਵਾਨ ਚੱਲ ਰਹੇ ਸੀ ਉਹ ਨਗਰ ਹੈ ਜੀ ਮਹਾਰਾਜੀਆਂ ਦਾ ਸੰਤ ਬਾਬਾ ਤੇਜਾ ਸਿੰਘ ਜੀ ਭੋਰਿਆਂ ਦੇ ਪੂਰਨਮਾਸ਼ੀ ਦਾ ਦਿਨ ਸੀ ਰੱਖੜ ਪੁੰਨਿਆ ਸੀ ਮਹਾਰਾਜ ਜੀ ਕੁਰਸੀ ਤੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਸੀ ਨਿੱਕੀਆਂ ਨਿੱਕੀਆਂ ਬੱਚੀਆਂ ਉਹਨਾਂ ਨੇ ਨਾ ਰੱਖੜੀਆਂ ਬਣਾਈਆਂ ਉਹਨਾਂ ਦੀਆਂ ਉਹਨਾਂ ਵਿੱਚ ਸੰਤ ਮਹਾਰਾਜ ਬਾਬਾ ਤੇਜਾ ਸਿੰਘ ਸਾਹਿਬ ਦੀਆਂ ਦੀ ਭਤੀਜੀ ਵੀ ਸੀ ਉਹਨੇ ਵੀ ਰੱਖੜੀ ਬਣਾਈ ਪਰ ਉਹਦੇ ਭਰਾ ਨਹੀਂ ਸੀ ਹੁਣ ਉਹਦੀਆਂ ਨਾਲ ਦੀਆਂ ਜਿਹੜੀਆਂ ਸਖੀਆਂ ਸਹੇਲੀਆਂ ਨਿੱਕੀਆਂ ਨਿੱਕੀਆਂ ਉਹਨੂੰ ਕਹਿੰਦੀਆਂ ਨੇ ਬਈ ਤੂੰ ਤਾਂ ਰੱਖੜੀ ਬਣਾਈ ਫਿਰਦੀ ਹੈ ਤੇ ਬੰਨਣੀ ਕਿਹਦੇ ਹੈ ਤੇਰੇ ਤਾਂ ਭਰਾ ਹੀ ਨਹੀਂ ਕੋਈ ਹੈ। ਉਹ ਹੁਣ ਨਿਰਮਲ ਹਿਰਦਾ ਗੱਲ ਦਿਲ ਨੂੰ ਲੱਗ ਗਈ ਰੋਣ ਲੱਗ ਲੱਗ ਉਹ ਕੁਦਰਤੀ ਉਸ ਵੇਲੇ ਮਹਾਰਾਜ ਜੀ ਕੁਰਸੀ ਤੋਂ ਉੱਠ ਕੇ ਦੀਵਾਨ ਵੱਲ ਨੂੰ ਤੁਰ ਪਏ ਉਹ ਰੋਂਦੀ ਦੇ ਕੋਲ ਦੀ ਜਦ ਮਹਾਰਾਜ ਲੰਘਣ ਲੱਗੇ ਸੰਤ ਈਸ਼ਰ ਸਿੰਘ ਜੀ ਮਹਾਰਾਜ ਉਹਦੇ ਵੱਲੇ ਲਗਾ ਪਏਗੀ ਮਹਾਰਾਜ ਏਦਾਂ ਉਹਦੇ ਵੱਲ ਦੇਖ ਕੇ ਕਹਿਣ ਲੱਗੇ ਵੀ ਤੂੰ ਕਿਉਂ ਰੋਂਦੀ ਹੈ ਬਈ ਉਹਨੇ ਰੋਂਦੀ ਰੋਂਦੀ ਨੇ ਸਾਰੀ ਗੱਲ ਦੱਸਤੀ ਮਹਾਰਾਜ ਜੀ ਮੈਂ ਰੱਖੜੀ ਬਣਾਈ ਮੇਰੇ ਨਾਲ ਦੀਆਂ ਸਹੇਲੀਆਂ ਕਹਿੰਦੀਆਂ ਨੇ ਵੀ ਤੂੰ ਬੰਨੂਗੀ ਕਿਹਦੇ ਤੇਰੇ ਤਾਂ ਭਰਾ ਹੀ ਹੈ ਨੀ ਕਿੰਨੇ ਕੁ ਨਿਰਮਲ ਹਿਰਦੇ ਨਾਲ ਉਹਨੇ ਹੱਥ ਜੋੜ ਕੇ ਕਿਹਾ ਹੋਏਗਾ ਵੀ ਮਹਾਰਾਜ ਜੀ ਤੁਸੀਂ ਰੱਬ ਹੋ ਤੁਸੀਂ ਕਿਰਪਾ ਕਰਕੇ ਮੈਨੂੰ ਰੱਖੜੀ ਬੰਨਣ ਵਾਸਤੇ ਭਰਾ ਦੇ ਦਿਓ
ਕਿੰਨੇ ਕੁ ਹਿਰਦੇ ਤੋਂ ਉਹਨੇ ਬੇਨਤੀ ਕੀਤੀ ਹੋਏਗੀ ਬਈ ਜੀ ਨੇ ਸੰਤ ਜੀ ਮਹਾਰਾਜ ਦਾ ਹਿਰਦਾ ਵੀ ਦ੍ਰਵੀਭੂਤ ਕਰ ਦਿੱਤਾ। ਬਾਬਾ ਈਸ਼ਰ ਸਿੰਘ ਸਾਹਿਬ ਮਹਾਰਾਜ ਇੱਦਾਂ ਆਪਣਾ ਗੁੱਟ ਅੱਗੇ ਕਰਕੇ ਕਹਿੰਦੇ ਲੈ ਬੇਟਾ ਐਤਕੀ ਸਾਡੇ ਬੰਨ ਦੇ ਅਗਲੀਆਂ ਰੱਖੜੀਆਂ ਤੱਕ ਭਰਾ ਆ ਜਾਏਗਾ। ਇਹਨੂੰ ਕਹਿੰਦੇ ਨੇ ਸਾਧ ਆਖੋ ਸਤਨਾਮ ਸ੍ਰੀ ਵਾਹਿਗੁਰੂ। ਐਵੇਂ ਰੱਬ ਦੇ ਪਿਆਰਿਆਂ ਦੇ ਮੁੱਖ ਤੋਂ ਬੋਲ ਨਿਕਲਿਆ ਹੋਵੇ ਜੰਗਲਾਂ ਵਿੱਚ ਮੰਗਲ ਲਾ ਦਿੰਦੇ ਜਿੱਥੇ ਹੋ ਜਾਏ ਵਾਸਾ ਸੰਤਾਂ ਦਾ ਰੱਬ ਨੂੰ ਵੀ ਮੰਨਣਾ ਪੈਂਦਾ ਹੈ ਕੀਤਾ ਅਰਦਾਸਾ ਸੰਤਾਂ ਦਾ ਸੰਤ ਕਹਿ ਦੇਣੇ ਕੁਛ ਤੇ ਰੱਬ ਜੀ ਨਾ ਮੰਨਣ ਇਹ ਤਾਂ ਹੋ ਨਹੀਂ ਸਕਦਾ। ਬਸੇ ਸਾਧ ਕੀ ਰਸਨਾ ਪ੍ਰਭ ਜੀ ਵਸਦੇ ਪ੍ਰਭ ਜੀ ਬਸੇ ਸਾਧ ਕੀ ਰਸਨਾ ਪ੍ਰਭ ਜੀ ਵਸਦੇ ਪ੍ਰਭ ਜੀ ਬਸੇ ਸਾਧ ਕੀ ਰਸਨਾ ਪ੍ਰਭ ਜੀ ਵਸਦੇ ਪ੍ਰਭ ਜੀ ਵਸਦੇ ਬਸੇ ਸਾਧ ਕੀ ਰਸਨਾ ਪ੍ਰਭ ਜੀ ਵਸਦੇ ਪ੍ਰਭ ਜੀ ਵਸਦੇ ਸਾਧ ਕੀ ਰਸਨਾ ਪ੍ਰਭ ਜੀ ਬਸੇ ਸਾਧ ਕੀ ਰਸਨਾ ਪ੍ਰਭ ਜੀ ਵਸਦਾ ਪ੍ਰਭ ਜੀ ਵਸਦਾ ਬਸੇ ਸਾਧ ਕੀ ਰਸਨਾ ਪ੍ਰਭ ਜੀ ਵਸਦਾ ਪ੍ਰਭ ਜੀ ਵਸਦਾ ਰਸਨਾ ਪ੍ਰਭ ਜੀ ਵਸਦਾ ਪ੍ਰਭ ਜੀ ਵਸਦਾ ਪ੍ਰਭ ਜੀ ਵਸੈ ਸਾਧ ਕੀ ਰਸਨਾ ਨਾਨਕ ਜਨਕਾ ਦਸਨ ਦਸਨਾ ਮਹਾਂਪੁਰਸ਼ਾਂ ਦੇ ਮੁੱਖ ਤੋਂ ਨਿਕਲਿਆ ਬੋਲ ਪੂਰਾ ਨਾ ਹੋਵੇ ਤੇ ਹੋਈ ਆਉਂਦੇ ਸਾਲ ਉਸ ਘਰ ਉਸ ਬੱਚੀ ਨੂੰ ਭਰਾ ਪ੍ਰਾਪਤ ਹੋ ਗਿਆ। ਅਗਲੇ ਸਾਲ ਫਿਰ ਦੀਵਾਨ ਸਜੇ ਮਹਾਰਾਜ ਜੀਆਂ ਦੇ ਉੱਤੇ ਉਹ ਫਿਰ ਆਪਣੇ ਨਿੱਕੇ ਜਿਹੇ ਵੀਰ ਨੂੰ ਗੋਦੀ ਚੱਕ ਕੇ ਲੈ ਕੇ ਆਈ ਮਹਾਰਾਜ ਤੁਸਾਂ ਬਖਸ਼ਿਆ ਇਹ ਤੁਹਾਡੀ ਕਿਰਪਾ ਨਾਲ ਪ੍ਰਾਪਤ ਹੋਇਆ। ਬਸ ਗੱਲ ਸਿਰਫ ਭਾਵਨਾ ਦੀ ਹੈ ਗੱਲ ਪ੍ਰੇਮ ਦੀ ਹੈ ਜਿਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਪੂਜਿਆ ਉਹਨਾਂ ਨੂੰ ਸੰਸਾਰ ਪੂਜਦਾ ਹੈ। ਵਾ 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 ਉਹਨਾਂ ਨੂੰ ਜਹਾਨ ਪੂਜਦਾ
ਨਿੰਦਿਆ ਕਰਨ ਵਾਲੇ ਨਹੀਂ ਵੀ ਹੋਣੀ ਨੇ, ਪਹਿਲਾਂ ਵੀ ਹੁੰਦੇ ਸੀ ਜੀ। ਮਹਾਰਾਜ ਬਾਣੀ ਚ ਵਚਨ ਲਿਖ ਕੇ ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਾਵੇ, ਜੇ ਕੋਈ ਨਿੰਦਿਆ ਵੀ ਕਰਦਾ ਕਰੀ ਜਾਣ ਤੇ ਉਹਦੀ ਡਿਊਟੀ ਹੈ। ਭਗਤ ਨਾ ਛੱਡੋ ਰਾਮ ਕੀ ਭਾਵੇਂ ਨਿੰਦੋ, ਤੇ ਜੇ ਤੇ ਦੁਨੀਆਂ ਦੀਆਂ ਵਡਿਆਈਆਂ ਖਾਤਰ ਮਾਲਾ ਫੜੀ ਹੈ ਫਿਰ ਤੇ ਨਿੰਦਿਆ ਸੁਣ ਕੇ ਛੱਡ ਦੋ, ਤੇ ਜੇ ਗੁਰੂ ਨਾਨਕ ਨੂੰ ਖੁਸ਼ ਕਰਨ ਵਾਸਤੇ ਨਾਮ ਜਪ ਰਹੇ ਹੋ, ਸਤਿਗੁਰ ਦੀ ਖੁਸ਼ੀ ਲੈਣ ਵਾਸਤੇ ਸਿਮਰਨ ਕਰ ਰਹੇ ਹੋ, ਫਿਰ ਦੁਨੀਆਂ ਭਾਵੇਂ ਤੁਹਾਡੀਆਂ ਵਡਿਆਈਆਂ ਕਰੇ ਤੇ ਭਾਵੇਂ ਤੁਹਾਡੀ ਨਿੰਦਿਆ ਕਰੇ, ਫਿਰ ਪਰਵਾਹ ਨਾ ਕਰੋ ਸੰਸਾਰ ਜੋ। ਅੱਛਾ ਸਾਡੇ ਮਹਾਰਾਜ ਜੀ ਸ੍ਰੀ ਮਾਨ ਸਿੰਘ ਬਾਬਾ ਸਤਪਾਲ ਸਿੰਘ ਜੀ ਮਹਾਰਾਜ ਸਾਰੀ ਵਾਲੇ ਮਹਾਂਪੁਰਖ ਵਚਨ ਕਰਿਆ ਕਰਦੇ ਸੀ, ਕਹਿੰਦੇ ਐਵੇਂ ਭਰਮੇ ਹੀ ਹੁੰਦਾ ਹੈ ਮਨ ਨੂੰ, ਚਾਰ ਜਣੇ ਵੱਧ ਮੱਥਾ ਟੇਕ ਜਾਣ ਫਿਰ ਕਿਹੜਾ ਮੋਟੇ ਹੋ ਜਾਈਦਾ, ਐਵੇਂ ਭਰਮੇ ਹੀ ਹੁੰਦਾ ਮਨ ਨੂੰ, ਮੇਰੀ ਇੰਨੀ ਜੈ ਜੈਕਾਰ ਹੈ, ਮੈਨੂੰ ਇੰਨੇ ਲੋਕੀ ਫਤਿਹ ਬੁਲਾਉਂਦੇ ਨੇ, ਮੈਨੂੰ ਇੰਨੇ ਲੋਕੀ ਮੱਥੇ ਟੇਕ, ਐਵੇਂ ਭਰਮੇ ਹੀ ਹੈ। ਇਸ ਭਰਮ ਦੇ ਵਿੱਚ ਫਸਿਆ ਹੋਇਆ ਬੰਦਾ ਦੁਖੀ ਹੁੰਦਾ ਹੈ। ਸਤਿਗੁਰੂ ਦੀ ਰਜਾ ਹੈ, ਸਤਿਗੁਰੂ ਚਾਹੇ ਜੈ ਜੈਕਾਰ ਕਰਾ ਦੇਵੇ ਤੇ ਚਾਹੇ ਹੱਥ 'ਚ ਠੂਠਾ ਫੜਾ ਦੇਵੇ, ਉਹਦੀ ਮੌਜ ਹੈ, ਜੋ ਕਰੇ ਉਹਦੀ ਮਰਜ਼ੀ। ਜੋ ਰਾਜ ਦੇ ਤਾਂ ਕਵਨ ਵਡਾਈ, ਜੋ ਭੀਖ ਮੰਗਾਏ ਤਾਂ, ਬਸ ਇਸ ਗੱਲ ਨੂੰ ਸਮਝਣਾ ਬੜਾ ਸਾਡੇ ਵਰਗਿਆਂ ਲਈ ਕਠਨ ਹੈ, ਪਰ ਮਹਾਂਪੁਰਸ਼ ਸਹਿਜੇ ਹੀ ਇਹਨਾਂ ਅਵਸਥਾਵਾਂ ਨੂੰ ਪਾਰ ਕਰ ਜਾਂਦੇ। ਆਓ ਮੈਂ ਜ਼ਿਆਦਾ ਸਮਾਂ ਨਾ ਲਵਾਂ, ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਰਵਿੰਦਰ ਸਿੰਘ ਜੀ, ਉਸ ਮਹਾਨ ਸੰਪਰਦਾਇ ਦੇ ਨਾਲ ਇਹਨਾਂ ਦਾ ਸੰਬੰਧ ਹੈ, ਜਿਵੇਂ ਦਮਦਮੀ ਟਕਸਾਲ ਨੂੰ ਮਾਣ ਸਿੱਖ ਸੰਗਤਾਂ ਦਿੰਦੀਆਂ ਨੇ ਵੀ ਸ਼ੁੱਧ ਪਾਠ ਕਰਨਾ, ਕਥਾ ਕਰਨੀ, ਦਮਦਮੀ ਟਕਸਾਲ ਮਹਾਂਪੁਰਖਾਂ ਬੜੀ ਸੇਵਾ ਕੀਤੀ ਸਿੱਖ ਕੌਮ ਦੀ, ਅੱਜ ਤਾਈਂ ਕਰ ਰਹੇ ਨੇ, ਤੇ ਨਾਨਕ ਸਰ ਸੰਪਰਦਾਇ ਨੂੰ ਸਾਧ ਸਿੰਘ ਜੀ ਪੂਰੀ ਦੁਨੀਆਂ ਦੇ ਵਿੱਚ ਸਿੱਖ ਸੰਗਤਾਂ ਇਸ ਗੱਲੋਂ ਮਾਣ ਦਿੰਦੀਆਂ ਨੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਾਜ਼ਰ ਨਾਜ਼ਰ ਪ੍ਰਗਟ ਸਰੂਪ ਜਾਣ ਕਰਕੇ ਜੇ ਸੇਵਾ ਕਰਨੀ ਸਿਖਾਈ, ਤੇ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ, ਧੰਨ ਬਾਬਾ ਆਨੰਦ ਸਿੰਘ ਜੀ, ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਧੰਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਜੀਆਂ ਦੀ ਉਸ ਫਲਵਾੜੀ ਦੇ ਵਿੱਚ ਇਹ ਟਹਿਕਦੇ ਮਹਿਕਦੇ ਹੋਏ ਸਤਿਗੁਰੂ ਜੀ ਦਾ ਜਸ ਗਾਉਣ ਵਾਲੇ ਸਾਡੇ ਅਤੀ ਸਤਿਕਾਰਯੋਗ ਬਾਬਾ ਜੀ ਬਾਬਾ ਰਵਿੰਦਰ ਸਿੰਘ ਜੀ, ਜਿਹੜੇ ਆਪਣੇ ਅੰਦਾਜ਼ ਦੇ ਵਿੱਚ ਸਤਿਗੁਰੂ ਜੀ ਦਾ ਜਸ, ਔਰ ਸੰਗਤਾਂ ਬਹੁਤ ਪਿਆਰ ਕਰਦੀਆਂ ਨੇ ਬਾਬਾ ਜੀ, ਦੇਸ਼ ਵਿੱਚ ਵਿਦੇਸ਼ ਵਿੱਚ ਬੜੇ ਪਿਆਰ ਦੇ ਨਾਲ ਸੰਗਤਾਂ ਬਾਬਾ ਜੀ ਨੂੰ ਸੁਣਦੀਆਂ, ਔਰ ਬਾਬਾ ਜੀ ਦਾ ਸਾਰੇ ਸਾਧਨਾਂ ਨਾਲ ਸਾਰੀਆਂ ਸੰਪਰਦਾਵਾਂ ਦੇ ਨਾਲ ਪਿਆਰ। ਜਿਹਨੇ ਕਿਸੇ ਪੂਰੇ ਦੀ ਸੰਗਤ ਕੀਤੀ ਹੋਵੇ ਨਾ ਜੀ, ਉਹਦੇ ਦਿਲ ਵਿੱਚ ਤੇ ਕਿਸੇ ਪ੍ਰਤੀ ਵੀ ਨਫ਼ਰਤ ਨਹੀਂ ਹੁੰਦੀ ਜੀ,
ਜਿਹਨੇ ਕਿਸੇ ਕੂੜੇ ਦੀ ਸੰਗਤ ਕੀਤੀ ਹੋਵੇ। ਜੇ ਸੰਗਤ ਨਾ ਮਿਲੀ ਹੋਵੇ ਤੇ ਗੱਲ ਵੱਖਰੀ ਹੈ ਜੀ, ਐਵੇਂ ਆਪੇ ਚੋਲਾ ਪਾਇਆ ਹੋਵੇ ਫਿਰ ਤੇ ਗੱਲ ਵੱਖਰੀ ਹੈ। ਪਰ ਵਾਕਈ ਜੇ ਕਿਸੇ ਦੀ ਸੰਗਤ ਕਰਕੇ ਇਸ ਲਾਈਨ ਵਿੱਚ ਕੋਈ ਆਇਆ ਹੋਵੇ ਫਿਰ ਨਹੀਂ, ਉਹ ਕਿਸੇ ਨਾਲ ਵੀ ਨਫ਼ਰਤ ਈਰਖਾ ਕਰਦਾ, ਫਿਰ ਉਹ ਸਾਰਿਆਂ ਨੂੰ ਆਪਣਾ ਪਰਿਵਾਰ ਹੀ ਜਾਣਦਾ, ਫਿਰ ਉਹ ਕਹਿੰਦੇ ਸਾਰੇ ਸਾਡੇ ਹੀ ਨੇ ਜੀ, ਸਾਰੇ ਸਾਡੇ ਆਪਣੇ ਹੀ ਨੇ, ਬਗਾਨਾ ਤੇ ਹੈ ਹੀ ਕੋਈ ਨਹੀਂ। ਇਹ ਗੁਰੂ ਨਾਨਕ ਦੀ ਫੁਲਵਾੜੀ ਦੇ ਟਹਿਕ ਦੇ ਮਹਿਕ ਦੇ ਫੁੱਲ ਨੇ, ਸਤਿਗੁਰ ਮਿਹਰ ਕਰੇ ਇਸੇ ਤਰ੍ਹਾਂ ਮਹਾਰਾਜ ਇਹਨਾਂ ਨੂੰ ਤੰਦਰੁਸਤੀਆਂ ਬਖਸ਼ ਕੇ ਸਿੱਖ ਸੰਗਤਾਂ ਦੀ ਸੇਵਾ ਕਰਨ ਦਾ ਸੁਭਾਗ ਬਖਸ਼ਦੇ ਰਹਿਣ। ਮੈਂ ਜਿੱਥੇ ਰੋਮ ਰੋਮ ਕਰਕੇ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ੁਕਰਾਨਾ ਕਰਦਾ, ਉੱਥੇ ਇਸ ਇਲਾਕੇ ਦੀ ਸੰਗਤ ਦਾ ਤਹਿ ਦਿਲੋਂ ਧੰਨਵਾਦ। ਮੈਨੂੰ ਜਦੋਂ ਦੱਸਿਆ ਬਾਬਾ ਸੁਰਿੰਦਰਪਾਲ ਸਿੰਘ ਜੀ ਸੋਢੀ ਸਾਹਿਬ ਹੋਰਾਂ ਨੇ ਵੀ ਇਲਾਕੇ ਦੀ ਸੰਗਤ ਦਾ ਵਿਸ਼ੇਸ਼ ਕਰਕੇ ਇਸ ਨਗਰ ਦੀ ਸੰਗਤ ਦਾ ਬਹੁਤ ਵੱਡਾ ਸਹਿਯੋਗ ਹੈ ਇਹਨਾਂ ਸਮਾਗਮਾਂ ਦੇ ਵਿੱਚ, ਬਹੁਤ ਵੱਡਾ ਸਹਿਯੋਗ। ਮੈਂ ਧੰਨਵਾਦ ਕਰਦਾ ਹਰ ਉਸ ਸੇਵਾਦਾਰ ਦਾ ਜਿਹੜੇ ਇਹਨਾਂ ਸਮਾਗਮਾਂ ਦੇ ਵਿੱਚ ਬਾਬਾ ਜੀ ਦਾ ਸਹਿਯੋਗ ਕਰਦੇ। ਅੱਜ ਲੋੜ ਹੈ ਸਾਧ ਸਿੰਘ ਜੀ, ਪਿੰਡ ਪਿੰਡ ਦੇ ਵਿੱਚ ਇਹੋ ਜਿਹਾ ਸਮਾਗਮ, ਪਿੰਡ ਪਿੰਡ ਦੇ ਵਿੱਚ ਇਹੋ ਜਿਹਾ ਪ੍ਰਚਾਰ ਹੋਵੇ। ਸਤਿਗੁਰ ਮਿਹਰ ਕਰੇ ਅਗਾਂਹ ਤੋਂ ਵੀ ਇਸੇ ਤਰ੍ਹਾਂ ਬਾਬਾ ਜੀ ਦਾ ਸਹਿਯੋਗ ਆਪ ਜੀ ਕਰਦੇ ਰਹੋ। ਸਤਿਗੁਰ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਸਟੇਜ ਦੇ ਉੱਤੇ ਸੁਭਾਏਮਾਨ ਸਾਰੇ ਸੰਤਾਂ ਮਹਾਂਪੁਰਖਾਂ ਨੂੰ ਦਾਸ ਨਮਸਕਾਰ ਕਰਦਾ ਹੋਇਆ ਗੁਰਫਤਿਹ ਬੁਲਾ ਰਿਹਾ ਜੀ। ਆਉਣ ਵਾਲਾ ਸਮਾਂ ਸਤਿਕਾਰਯੋਗ ਬਾਬਾ ਜੀ ਦੇ ਪਾਸੋਂ ਆਪ ਜੀ ਸਰਵਣ ਕਰੋ, ਦਾਸਰਿਆਂ ਨੂੰ ਖੁਸ਼ੀਆਂ ਬਖਸ਼ ਦੇਣੀਆਂ ਜੀ। ਗੱਜ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।